Yes, that's right. Stage the Malika, Stinder Sati. Stinder Sati, please come to stage and Fresno awaits you. Jordan Talianal, Swagat, Stinder Sati. ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਤੁਸੀਂ ਤੇ ਮੈਂ ਕਹਿੰਦੀ ਵੀ ਜਿਹਨੂੰ ਕਹਿੰਦੇ ਗਾ ਪਾਇਆ ਹੋਇਆ ਇੰਨੀ ਵੱਡੀ ਤਦਾਦ 'ਚ ਇੱਕ ਵਾਰੀ ਆਪਣੇ ਹੱਥ ਉੱਪਰ ਕਰਕੇ ਜ਼ਰਾ ਤਾੜੀਆਂ ਮਾਰਨੀਆਂ ਥੋੜ੍ਹਾ ਜਿਹਾ ਆਵਾਜ਼ ਅਪ ਕਰ ਦਿਓ ਪਲੀਜ਼ ਮੰਨ ਲੈ ਗੱਲ ਤੂੰ ਸਾਡੀ ਵੀ ਇੱਕ ਵਾਰੀ ਸੋਨੀਆ ਜੀ ਲਈ ਤਾੜੀਆਂ ਮਾਰੋ ਹਾਂਜੀ ਸੋਨੀਆ ਜੀ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮੈਂ ਅੱਗੇ ਕਿਹਾ ਵੀ ਇਹੋ ਜਿਹੀਆਂ ਔਰਤਾਂ ਦੀ ਬੜੀ ਲੋੜ ਹੈ ਮਤਲਬ ਜਿਵੇਂ ਦਾ ਧਾਕੜ ਔਰਤਾਂ ਨਹੀਂ ਤਾਂ ਸਾਡੀਆਂ ਬਹੁਤੀਆਂ ਜਨਾਨੀਆਂ ਕਹਿੰਦੀਆਂ ਰਹਿਣ ਦੋ ਜੀ ਮੈਂ ਕਿਹਾ ਜੀ ਇਹ ਮੰਨਦੇ ਨਹੀਂ ਹੈਗੇ ਮੈਂ ਨਹੀਂ ਜਾਣਾ ਤੀਆਂ 'ਤੇ ਮੰਨ ਲੈ ਗੱਲ ਤੂੰ ਸਾਡੀ ਵੀ ਲੱਕ ਚਿਤਾਇਆ ਕਰ ਅੜੀਏ ਪਰ ਕਦੇ ਕਦੇ ਪੰਜਾਬਣੇ ਚਰਖਾ ਵੀ ਡਾਇਆ ਕਰ ਅੜੀਏ ਕੋਈ ਕੁੜਤੀ ਸੋਹਣੇ ਸੱਤ ਰੰਗ ਦੀ ਘਗਰੇ ਨਾਲ ਪਾਇਆ ਕਰ ਅੜੀਏ ਪਰ ਕਦੇ ਕਦੇ ਪੰਜਾਬਣੇ ਚਰਖਾ ਵੀ ਡਾਇਆ ਕਰ ਅੜੀਏ ਜ਼ੋਰਦਾਰ ਤਾੜੀਆਂ ਇਹਨਾਂ ਸਾਰੀਆਂ ਪੰਜਾਬਣਾਂ ਦੇ ਨਾਮ 'ਤੇ ਕਹਿੰਦੇ ਮੈਂ ਜੱਟੀ ਉਸ ਪੰਜਾਬ ਦੀ ਬਹਿਣਾ ਤੁਸੀਂ ਕਿ ਸਾਰਿਆਂ ਨੇ ਖੜੇ ਹੋ ਕੇ ਮੇਲਾ ਵੇਖਣਾ ਬਹਿਣਾ ਇਹਨਾਂ ਨੇ ਇਹ ਨਹੀਂ ਬਹਿੰਦੀਆਂ ਅੱਜ ਉਹ ਕਹਿੰਦੀਆਂ ਅਸੀਂ ਤਾਂ ਬਹਿ ਬਹਿ ਕੇ ਕੀ ਹੋਈਆਂ ਵਾ ਅਸੀਂ ਬਹਿਣਾ ਥੋੜ੍ਹੀ ਹੈ ਕਹਿੰਦੇ ਮੈਂ ਜੱਟੀ ਉਸ ਪੰਜਾਬ ਦੀ ਅਤੇ ਜਿੱਥੇ ਜੰਮੀ ਜੱਟੀ ਹੀਰ ਮੈਂ ਜੱਟੀ ਉਸ ਪੰਜਾਬ ਦੀ ਤੇ ਜਿੱਥੇ ਜੰਮੀ ਜੱਟੀ ਹੀਰ ਕੋਈ ਰਾਂਝਾ ਇਸ਼ਕ ਦਾ ਮਾਰਿਆ ਤੇ ਬਣ ਬੈਠਾ ਸੀ ਫਕੀਰ ਜਿੱਥੇ ਸੋਹਣੀ ਮਿਲਦੀ ਯਾਰ ਨੂੰ ਤੇ ਚੜੇ ਚਨਾ ਨੂੰ ਚੀਰ ਤੇ ਮੈਂ ਤਖਤੋਂ ਹੇਠਾਂ ਲਾ ਦਿਆਂ ਜੇ ਮਾਰਾਂ ਨੈਣਾ ਦੇ ਤੀਰ ਕਿਉਂਕਿ ਅੱਜ ਕੱਲ੍ਹ ਨਾ ਉਹ ਕਹਿੰਦੇ ਵੀ ਬੰਦਾ ਗੋਰੇ ਰੰਗ ਦਾ ਨਹੀਂ ਇੰਨਾ ਮੁੱਲ ਪੈਂਦਾ ਤੇ ਜਿੰਨਾ ਪੈਂਦਾ ਨਖਰੇ ਦਾ ਜੇ ਬੰਦੇ 'ਚ ਨਖਰਾ ਨਾ ਹੋਵੇ ਤਾਂ ਗੱਲ ਹੀ ਨਹੀਂ ਬਣਦੀ ਹੈ ਪਰ ਅੱਜ ਕੱਲ੍ਹ ਦਾ ਸਮਾਂ ਕੁਝ ਇਸ ਤਰ੍ਹਾਂ ਦਾ ਹੋ ਗਿਆ ਲੂਪ ਹੈਗਾ ਤੁਹਾਡੇ ਕੋਲ ਲੂਪ ਹੈਗਾ ਥੋੜ੍ਹਾ ਜਿਹਾ ਨਾ ਜਿਹੜਾ ਚਕਮਾ ਜਿਹਾ ਲੂਪ ਲਾਇਓ ਜਰਾ ਮਾੜਾ ਜਿਹਾ ਸਾਰੀਆਂ ਨੇ ਤਾੜੀਆਂ ਮਾਰ ਕੇ ਦੱਸਣਾ ਮੈਨੂੰ ਤਕ 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 ਇਹ ਵਾਲਾ ਲੱਗਾ ਲਾਣਾ ਮੈਂ ਕਿਹਾ ਅੱਜ ਕੱਲ੍ਹ ਨਾ ਸਮਾਂ ਇੱਦਾਂ ਦਾ ਹੋ ਗਿਆ ਵੀ ਜ਼ਮਾਨਾ ਉਹ ਸਤਿ ਸ਼੍ਰੀ ਅਕਾਲ ਵੀ ਜੀ ਕੀ ਹਾਲ ਚਾਲ ਨੇ ਤੁਹਾਡੀਆਂ ਮਾਵਾਂ ਦੇ ਸਾਰੀਆਂ ਤਮਾਮ ਮਾਵਾਂ ਦੇ ਨਾਮ ਦੇ ਉੱਤੇ ਤਾੜੀਆਂ ਮਾਂ ਵਰਗਾ ਕੰਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ ਅਤੇ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਅੱਜ ਕੱਲ੍ਹ ਵੇਖੋ ਦੁਨੀਆ ਦੇ ਵਿੱਚ ਨਾ ਬੰਦਾ ਭਾਵੇਂ ਜਿੱਡਾ ਮਰਜ਼ੀ ਦੁਨੀਆ ਜਿੱਤ ਲਏ ਪਰ ਮਾਂ ਜਿਹਨੇ ਜਿੱਤ ਲਈ ਨਾ ਉਹਨੇ ਰੱਬ ਜਿੱਤ ਲਿਆ ਇਸ ਕਰਕੇ ਮੈਂ ਕਹਿੰਦੀ ਹੁੰਦੀ ਹਾਂ ਵੀ ਬੰਦਾ ਨਾ ਮੰਦਰ ਮਸਜਿਦ ਨਾ ਜਾਵੇ ਅੱਜ ਕੱਲ੍ਹ ਸਮਾਂ ਕਿਸ ਤਰ੍ਹਾਂ ਦਾ ਹੋ ਗਿਆ ਕਹਿੰਦੇ ਹਮਸੇ ਜੀਣਾ ਹੁਨਰ ਜੀਨੇ ਕਾ ਸਿੱਖੋ ਕਿ ਹਮ ਬਜ਼ੁਰਗੋ ਮੈਂ ਬੈਠਤੇ ਬਹੁਤ ਹੈ ਬੱਚਿਆਂ ਨੂੰ ਮਾੜਾ ਜਿਹਾ ਕਹਿ ਦਿਓ ਨਾ ਉਹ ਕਹਿੰਦੇ ਮਤਲਬ ਤੁਹਾਨੂੰ ਬੜਾ ਬੜਾ ਪਤਾ ਜ਼ਮਾਨਾ ਬਦਲ ਗਿਆ ਸਾਨੂੰ ਸਭ ਪਤਾ ਕਹਿੰਦੇ ਹਮਸੇ ਹੁਨਰ ਜੀਨੇ ਕਾ ਸਿੱਖੋ ਕਿ ਹਮ ਬਜ਼ੁਰਗੋ ਮੈਂ ਬੈਠਤੇ ਬਹੁਤ ਹੈ ਨੌਜਵਾਨੋ ਕੀ ਮਜਬੂਰੀਆਂ ਇਹ ਹੈ ਕਿ ਇਹ ਸੋਚਤੇ ਕਮ ਔਰ ਸਮਝਤੇ ਬਹੁਤ ਹੈ ਕਹਿੰਦੇ ਸਾਰਾ ਸਮਝੇ ਹੋਏ ਹਾਂ ਅਸੀਂ ਬਾਅਦ 'ਚ ਜਦੋਂ ਆਪਣੇ ਨਿਆਣੇ ਹੋ ਜਾਂਦੇ ਤਾਂ ਮਾਂ ਨੂੰ ਕਹਿੰਦੇ ਤੂੰ ਪੰਜ ਛੇ ਕਿਵੇਂ ਪਾਲ ਲਏ ਮੇਰੇ ਕੋਲ ਤਾਂ ਇੱਕ ਨਹੀਂ ਪਾਲਦਾ ਹੈਗਾ ਉਹ ਕਹਿੰਦੀ ਬਸ ਜਿੱਦਾਂ ਤੁਹਾਡੇ ਕੋਲੋਂ ਇੱਕ ਨਹੀਂ ਪਾਲਦਾ ਮੈਂ ਤਾਂ ਪੰਜ ਛੇ ਤੁਹਾਡੇ ਵਰਗੇ ਪਾਲੇ ਨੇ ਅੱਜ ਕੱਲ੍ਹ ਜ਼ਮਾਨਾ ਬਸ ਪਤਾ ਕਿਸ ਤਰ੍ਹਾਂ ਦਾ ਹੋ ਗਿਆ ਕਿਉਂਕਿ ਅੱਜ ਕੱਲ੍ਹ ਉਹ ਔਰਤਾਂ ਨਹੀਂ ਰਹਿ ਗਈਆਂ ਜਿਹੜੀਆਂ ਗੱਲ ਜਰ ਲੈਣ ਉਹ ਆਦਮੀ ਨਹੀਂ ਰਹਿ ਗਏ ਜਿਹੜੇ ਔਰਤ ਦੀ ਗੱਲ ਰੱਖ ਲੈਣ ਜ਼ਮਾਨਾ ਸਮਾਂ ਬਦਲ ਗਿਆ ਏ ਅੱਜ ਕੱਲ੍ਹ ਲੋਕ ਨਾ ਕਿਸੇ ਕੋਲ ਉਹ ਕੀ ਕਹਿੰਦੇ ਵੀ ਕਰਨ ਨੂੰ ਕੱਖ ਨਹੀਂ ਅਤੇ ਫਿਰ ਸਮਾਂ ਵੈਸੇ ਕਿਸੇ ਪਲ ਦਾ ਪਲ ਨਹੀਂ ਹੈਗਾ ਬੰਦਾ ਪੁੱਛਦਾ ਵੀ ਬਿਜ਼ੀ ਬਹੁਤ ਆ
ਬੰਦਾ ਪੁੱਛੇ ਕਰਦੀ ਕੀ ਹੈ ਤੂੰ ਵੀ ਕੰਮ ਕਹੀ ਨਹੀਂ ਕਰਦਾ ਪਤਾ ਨਹੀਂ ਉਹ ਜਿਹੜਾ ਸਮਾਂ ਹੈ ਨਾ ਉਹ ਅੱਜ ਤੱਕ ਮੈਨੂੰ ਸਮਝ ਨਹੀਂ ਲੱਗਾ ਵੀ ਉਹ ਟਾਈਮ ਜਿਹੜਾ ਉਹ ਸਾਡੀਆਂ ਜਿਹੜੀਆਂ ਦਾਦੀਆਂ ਸੀ ਨਾਨੀਆਂ ਸੀ ਚਾਰ ਪੰਜ ਨਿਆਣੇ ਵੀ ਸਾਂਭ ਲੈਂਦੀਆਂ ਸੀ ਘਰ ਦਾ ਕੰਮ ਵੀ ਕਰ ਲੈਂਦੀਆਂ ਸੀ ਅੱਛਾ ਉਹਨਾਂ ਦੇ ਘਰ ਵਾਲਿਆਂ ਦਾ ਆਉਣਾ ਜਾਣਾ ਵੀ ਬੜਾ ਹੁੰਦਾ ਸੀ ਦਸ ਬੰਦਿਆਂ ਦੀ ਰੋਟੀ ਵੀ ਬਣਾ ਲੈਂਦੀਆਂ ਸਨ ਅੱਜ ਕੱਲ੍ਹ ਦੋ ਬੰਦੇ ਆ ਜਾਣ ਕਹਿੰਦੇ ਵੀ ਊਬਰ ਈਟਸ ਕਰ ਲਈਏ ਉਹ ਚੰਗੀ ਗੱਲ ਹੈ ਪਰ ਅੱਜ ਸਮਾਂ ਇਸ ਤਰ੍ਹਾਂ ਦਾ ਕਹਿੰਦੇ ਨਾ ਹੁਣ ਕੱਤੇ ਜਾਂ ਤਰਿੰਜਨ ਅਤੇ ਨਾ ਚਰਖੇ ਦੀਆਂ ਕੂਕਾਂ ਤੁਹਾਡੇ 'ਚੋਂ ਮਤਲਬ ਚਰਖਾ ਕਿੰਨੇ ਕਿੰਨੇ ਵੇਖਿਆ ਉਹ ਹੱਥ ਖੜਾ ਕਰੋ ਪਹਿਲਾਂ ਅੱਛਾ ਮਤਲਬ ਫਰਿੱਜ ਨੂੰ ਤਾਂ ਫਿਰ ਪਿੰਡ ਹੀ ਹੋਇਆ ਮੈਂ ਜਦੋਂ ਆਈ ਹਾਂ ਨਾ ਤਾਂ ਮੈਨੂੰ ਕਹਿੰਦੇ ਵੀ ਫਰਿੱਜ ਨੂੰ ਨਾ ਜਿਹੜਾ ਪਿੰਡ ਹੀ ਹੈ ਮੈਂ ਕਿਹਾ ਵੀ ਅੱਛਾ ਪਿੰਡ ਕਿਵੇਂ ਹੈ ਵੀ ਅਮੈਰੀਕਾ 'ਚ ਜਨਾਨੀਆਂ ਤਾਂ ਸਾਡੀਆਂ ਪਿੰਡ 'ਚ ਉੱਥੇ ਮਾਨ ਨਹੀਂ ਇਹ ਤਾਂ ਫਿਰ ਰੱਬ ਦੀ ਕਿਰਪਾ ਨਾਲ ਬਾਹਰ ਆ ਗਈਆਂ ਨੇ ਪਰ ਤੁਸੀਂ ਦੱਸਤਾ ਵੀ ਅੱਛਾ ਚਰਖਾ ਚਲਾਇਆ ਕਿੰਨਿਆਂ ਨੇ ਵੀ ਜੀ ਤੁਸੀਂ ਦੱਸੋ ਤੁਹਾਡਿਆਂ 'ਚੋਂ ਕਿੰਨਿਆਂ ਨੇ ਚਲਾਇਆ ਵਾਹ ਕਿਆ ਬਾਤ ਹੈ ਕਹਿੰਦੇ ਨਾ ਹੁਣ ਕੱਤੇ ਜਾਂ ਤਰਿੰਜਨ ਅਤੇ ਨਾ ਚਰਖੇ ਦੀਆਂ ਕੂਕਾਂ ਨਾ ਪਿੰਡਾਂ ਦੀਆਂ ਮੈਰੇ ਵੱਲੋਂ ਸ਼ਾਹ ਵੇਲੇ ਦੀਆਂ ਸ਼ੂਕਾਂ ਨਾ ਕੈਂਠਾ ਨਾ ਝਾਂਜਰ ਦਿਸੇ ਅਤੇ ਨਾ ਸੁਰਮੇ ਦੀ ਧਾਰ ਹੌਲੀ ਹੌਲੀ ਬਦਲ ਗਿਆ ਪੰਜਾਬ ਦਾ ਸੱਭਿਆਚਾਰ ਕਹਿੰਦੇ ਪੰਜਾਬ ਦੇ ਸੱਭਿਆਚਾਰਾਂ ਉੱਤੇ ਹੁਣ ਕਿਹੜੇ ਦਿਨ ਆਏ ਕਹਿੰਦੇ ਮੁੰਡਿਆਂ ਨੇ ਹੁਣ ਗੁੱਤਾਂ ਰੱਖੀਆਂ ਅਤੇ ਕੁੜੀਆਂ ਵਾਲ ਕਟਾਏ ਕਿਹੜੀਆਂ ਕੁੜੀਆਂ ਕਿਹੜੇ ਮੁੰਡੇ ਕੋਈ ਸਮਝ ਨਾ ਆਏ ਕਿਉਂਕਿ ਕੁੜੀਆਂ ਦੇ ਹੁਣ ਜੀਨਾਂ ਪਾਈਆਂ ਅਤੇ ਮੁੰਡਿਆਂ ਦੇ ਸਲਵਾਰ ਹੌਲੀ ਹੌਲੀ ਬਦਲ ਗਿਆ ਪੰਜਾਬ ਦਾ ਸੱਭਿਆਚਾਰ ਪਰ ਇਸ ਰੰਗ ਦੇ ਵਿੱਚ ਇੱਕ ਵਾਰੀ ਫਿਰ ਸਾਰਿਆਂ ਨੇ ਤਾੜੀਆਂ ਮਾਰਨੀਆਂ ਤਾੜੀਆਂ ਜ਼ਿਆਦਾ ਇੰਨੀਆਂ ਢਿੱਲੀਆਂ ਇੰਨੀਆਂ ਤੁਸੀਂ ਤਿਆਰ ਹੋ ਕੇ ਆਈ ਹੋ ਚਾਰ ਚਾਰ ਘੰਟੇ ਲਾ ਕੇ ਵੀ ਜੀ ਤੁਸੀਂ ਤਾੜੀਆਂ ਮਾਰ ਕੇ ਦੱਸੋ ਜਰਾ ਨਿੱਕੀ ਨਿੱਕੀ ਕਣਕ ਦਵਾਬੇ ਦੀ ਨਿੱਕੀ ਨਿੱਕੀ ਕਣਕ ਦਵਾਬੇ ਦੀ ਜਿਹੜੀ ਗਿੱਧਾ ਨਾ ਪਾਵੇ ਜਿਹੜੀ ਗਿੱਧਾ ਨਾ ਪਾਵੇ ਬੀਜੀ ਜਿਹੜੀ ਗਿੱਧਾ ਨਾ ਪਾਵੇ ਰਨ ਵੇਖ ਲੋ ਹਨ ਨਿੱਕੀ ਨਿੱਕੀ ਕਣਕ ਦਵਾਬੇ ਦੀ ਨਿੱਕੀ ਨਿੱਕੀ ਕਣਕ ਦਵਾਬੇ ਦੀ ਜਿਹੜੀ ਗਿੱਧਾ ਨਾ ਪਾਵੇ ਰਨ ਜ਼ੋਰਦਾਰ ਤਾੜੀਆਂ ਦੇ ਨਾਲ ਮੈਂ ਪਹਿਲੀ ਪਰਫਾਰਮੈਂਸ ਦੇ ਲਈ ਮੰਚ 'ਤੇ ਸੱਦਾ ਦੇ ਰਹੀ ਹਾਂ ਓਲਡ ਸਕੂਲ ਭੰਗੜਾ ਕਿਉਂਕਿ ਗੱਲ ਇਹ ਹੈ ਨਾ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਅਤੇ ਗਾਉਣ ਵਾਲੇ ਦਾ ਮੂੰਹ ਅਤੇ ਬੋਲੀ ਮੈਂ ਪਾਵਾਂ ਨੱਚ ਕਿਤੇ ਵਿੱਚ ਤੂੰ ਫਿਰ ਅੱਜ ਮੇਲਾ ਸ਼ਾਮ ਸਾਡੇ 'ਚ ਹੀ ਹੈ ਅਸੀਂ ਵੀ ਇੱਥੇ ਹਾਂ ਤੁਸੀਂ ਵੀ ਇੱਥੇ ਹੋ ਬੜੀ ਦੇਰ ਪਿੱਛੋਂ ਮੈਂ ਪਰਫੋਰਮ ਕਰ ਰਹੀ ਹਾਂ ਕੈਲੀਫੋਰਨੀਆ ਦੇ ਵਿੱਚ ਅਤੇ ਮੈਨੂੰ ਲੱਗਦਾ ਵੀ ਅੱਜ ਰੰਗ ਜਿਹੜਾ ਬੰਨਣਾ ਚਾਹੀਦਾ ਤੁਸੀਂ ਜ਼ੋਰਦਾਰ ਤਾੜੀਆਂ ਦੇ ਨਾਲ ਓਲਡ ਸਕੂਲ ਭੰਗੜਾ ਆਜੋ ਵੀ ਭੰਗੜੇ ਵਾਲੇ ਨਿਆਣੇ ਬਹਿ ਜਾਓ ਜ਼ਰਾ ਬਹਿ ਜਾਓ ਬਹਿ ਜਾਓ ਗੱਲਾਂ ਡਾਉਣ ਲੱਗ ਪਏ ਦਸੀ ਉਹਨਾਂ ਨੂੰ ਪਰਾਂ ਤੋਂ ਆ ਫੇਰਿਆ ਕਿ ਨਹੀਂ ਜਿਹੜਾ ਮੇਰੀ ਕਹਿਣਾ
today. Fresno, make some noise for old school Bhangra. चाह हुंदा तैयारी कीती सी सारियां ने ट्रॉफी भी हैगी है घर जाके अगलिया ने कुटना आओ उन्होंने कहना इन्ने दिन नचदिया नहीं हो इन्ने दिन प्रैक्टिस करते रहे कोई नाम नहीं आया साढ़े अच्छा मैनू शौक बड़ा सी ना तो मैं गिद्धे च सारिया च मेरे मम्मी ने दसवीं का रूटीन का ही काम है रोज तो मैं जो ट्रॉफी नहीं कंडी तो उन्होंने कहना कोई इनाम नूम नहीं मिले तेन मैं कहना भी वो स्कूल वाले रख लेंगे उन्होंने कहना अगलिया ने जितया अगलिया ने रख लिया जो तू जितया होता तेन घर भेज देंगे इस करके ट्रॉफी बहुत जरूरी है ग्रेट जोरदार ताड़िया ना मच्छिया के लिए गुड हिप 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 हुरे थैंक यू गर्ल्स थैंक यू कहते गोल मोल हम जाना घर घर नहीं जाना Can we have a picture? Okay. Chalo, bajo, bajo. Run. Kende gol mol ja chehra rang gulabi ni sahi ho. Chiku chiku kare navi gurgabi ni sahi ho. Mere dil nu laake jindra ਲੈ ਗਿਆ ਚਾਬੀ ਨਹੀਂ ਸਹੀ ਉਹ ਕਿਹੜਾ ਹੋ ਸਕਦਾ ਮੁੰਡਾ ਦੁਨੀਆ 'ਤੇ ਉਹ ਜੇ ਤੱਕ ਜਿਹੜਾ ਨਹੀਂ ਲੱਭਿਆ ਉਹੀ ਹੈ ਮੁੰਡਾ ਪੰਜਾਬੀ ਨਹੀਂ ਸਹੀ ਉਹ ਸੋ ਅੱਜ ਦੇ ਇਸ ਰੰਗ ਦੇ ਵਿੱਚ ਵੈਸੇ ਨਾ ਮੈਂ ਬਿਜੀ ਹੋਣੀ ਬੈਠੇ ਹੋਏ ਸੀ ਅਤੇ ਮੈਨੂੰ ਇੱਕ ਗੱਲ ਯਾਦ ਆਈ ਸਾਡੇ ਨਾ ਮੁਹੱਲੇ ਦੇ ਵਿੱਚ ਇੱਕ ਆਂਟੀ ਸੀਗੇ ਹੁਣ ਤਾਂ ਮੈਨੂੰ ਪਤਾ ਨਹੀਂ ਹੁਣ ਤਾਂ ਮਤਲਬ ਬੰਦਾ ਸ਼ੱਕੀ ਹੋ ਹੀ ਨਹੀਂ ਸਕਦਾ ਜਨਾਨੀ ਛੱਡ ਜਾਂਦੀ ਉਹਨੂੰ ਇੱਥੇ ਖਾਸ ਤੌਰ 'ਤੇ ਉਹ ਵਿਚਾਰਾ ਡਰਦਾ ਹੀ ਸ਼ੱਕੀ ਨਹੀਂ ਹੁੰਦਾ ਦਿਲ ਉਹਦਾ ਬੜਾ ਕਰਦਾ ਹੁੰਦਾ ਅੰਦਰੋਂ ਵੀ ਮੇਰਾ ਅੱਜ ਇੰਨਾ ਤਿਆਰ ਹੋ ਕੇ ਚੱਲੀ ਮੈਂ ਮਤਲਬ ਇੱਦਾਂ ਪਰ ਕਹਿ ਨਹੀਂ ਸਕਦਾ ਨਾ ਬਾਹਰਲੇ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੀ ਕਿੱਡਾ ਔਖਾ ਹੈਗਾ ਬੰਦਾ ਵਿਚਾਰਾ ਮੈਂ ਆਪ ਲੋਇਰ ਹਾਂ ਫੈਮਿਲੀ ਲੋਅ ਕਰਦੀ ਹਾਂ ਅੱਛਾ ਮੇਰੇ ਕੋਲ ਮੁੰਡਾ ਆਇਆ ਅਤੇ ਉਹਦੇ 'ਤੇ ਕ੍ਰਿਮੀਨਲ ਚਾਰਜਿਸ ਸੀਗੇ ਕੁੜੀ ਨੇ ਕਿਹਾ ਮੈਂ ਕਿਹਾ ਵੀ ਫਿਰ ਕਾਕਾ ਕਹਿੰਦਾ ਟੀ ਵੀ ਭੰਨਤਾ ਸੀ ਮੈਂ ਅਤੇ ਮੈਂ ਕਿਹਾ ਵੀ ਕਹਿੰਦਾ ਪਰ ਮੈਡਮ ਟੀ ਵੀ ਤਾਂ ਮੇਰਾ ਹੀ ਸੀ ਨਾ ਮੈਂ ਹੀ ਭੰਨਿਆ ਅੱਛਾ ਹੁਣ ਕੀ ਹੋ ਗਿਆ ਵੀ ਚਾਰਜਿਸ ਵਾਪਸ ਨਹੀਂ ਹੁੰਦੇ ਅਤੇ ਵਿਆਹ ਵੀ ਉਸੇ ਕੁੜੀ ਨਾਲ ਕਰਾ ਰਿਹਾ ਅਤੇ ਉਹਦੀ ਮਾਂ ਕਹਿੰਦੀ ਹੈ ਵੀ ਅਗਲੀ ਨੇ ਤਾਂ ਦਰਖਾਸਤ ਵੀ ਨਹੀਂ ਵਾਪਸ ਦਿੱਤੀ ਅਤੇ ਮੈਂ ਉਹਨੂੰ ਕਹਿੰਦਾ ਵੀ ਮੇਰੀ ਮੰਮੀ ਨੂੰ ਸਮਝਾਓ ਵੀ ਇੱਥੇ ਇੰਡੀਆ ਮੈਂ ਕਿਹਾ ਜੀ ਬੀਜੀ ਇੱਥੇ ਦਰਖਾਸਤ ਦੇ ਕੇ ਵਾਪਸ ਨਹੀਂ ਹੁੰਦੀ ਜਨਾਨੀ ਆਪ ਵੀ ਨਹੀਂ ਲੈ ਸਕ ਕਹਿੰਦੀ ਫਿਰ ਇਹਨੇ ਕਿਉਂ ਰਹਿਣਾ ਉਹਦੇ ਨਾਲ ਮੈਂ ਕਿਹਾ ਹੁਣ ਤਾਂ ਫਿਰ ਇਹਨੂੰ ਰਹਿਣਾ ਹੀ ਪੈਣਾ ਨਹੀਂ ਤਾਂ ਦੋ ਦਰਖਾਸਤਾਂ ਉਹਨੇ ਨਾਲ ਹੋਰ ਲਾ ਦੇਣੀਆਂ ਨੇ ਸੋ ਅੱਜ ਕੱਲ੍ਹ ਮੈਂ ਉਹ ਗੱਲ ਕਰਦੀ ਪਈ ਵੀ ਸਾਡੇ ਮੁਹੱਲੇ 'ਚ ਉਹ ਬੀਜੀ ਸੀਗੇ ਅਤੇ ਉਹ ਕਹਿੰਦੇ ਵੀ ਜਦੋਂ ਵੀ ਬਾਪੂ ਜੀ ਨੇ ਬਾਹਰ ਜਾਣਾ ਨਾ ਅਤੇ ਬੀਜੀ ਬੜੇ ਸ਼ੱਕੀ ਸੀ ਬਹੁਤ ਹੀ ਜ਼ਿਆਦਾ ਮੈਂ ਇੱਕ ਦਿਨ ਗਈ ਉਹਨਾਂ ਦੇ ਘਰ ਅਤੇ ਮੈਨੂੰ ਕਹਿੰਦੇ ਵੀ ਸੱਤੀ ਆਪਣੇ ਬਾਪੂ ਜੀ ਨੂੰ ਸਮਝਾ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਦੇਖ ਲੈ ਉਹ ਜਿਹੜੀ ਗਵਾਂਢਣ ਹੈ ਨਾ ਮੈਂ ਕਿਹਾ ਬੀਜੀ 72 ਸਾਲਾਂ ਦਾ ਬਾਪੂ ਹੋ ਗਿਆ ਅਤੇ 65 ਸਾਲਾਂ ਦੀ ਉਹ ਗਵਾਂਢਣ ਹੋ ਗਈ ਅਤੇ ਮੇਰੀ ਮੰਮੀ ਕਹਿੰਦੀ ਹੈ ਵੀ ਜਦੋਂ ਮੈਂ ਵਿਆਹ ਕੇ ਆਈ ਸਾਂ ਉਦੋਂ ਤਾਂ ਬੀਜੀ ਸਾਰੇ ਮੁਹੱਲੇ ਨੂੰ ਇਹ ਕਹਾਣੀ ਸੁਣਾਉਂਦੇ ਵੀ ਇਹ ਬਾਪੂ ਦੀ ਬੜੀ ਪ੍ਰੋਬਲਮ ਹੈਗੀ ਹੈ ਮੈਂ ਕਿਹਾ ਹੁਣ ਦੇ ਵਿਚਾਰੇ ਨੂੰ ਛੱਡ ਦਿਓ ਇਸ ਉਮਰ 'ਚ ਉਹ ਕਹਿੰਦੇ ਨਾ 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 ਇੱਕ ਦਿਨ ਨਾ ਗੁਰਦੁਆਰੇ ਬਾਪੂ ਜੀ ਗਏ ਅਤੇ ਬੀਜੀ ਬਾਹਰ ਕੂੜਾ ਸੁੱਟਣ ਆਏ ਤਾਂ ਉਹ ਵੀ ਵਿਚਾਰੀ ਆਂਟੀ ਕਿਤੇ ਬਾਹਰ ਚੱਲੀ
ਤੇ ਮੈਂ ਉਹਨਾਂ ਦੇ ਘਰ ਹੀ ਸੀਗੀ, ਮੇਰੇ ਮਦਰ ਗਏ ਸੀ, ਮੈਂ ਉਹਨਾਂ ਘਰ ਛੁੱਟੀ ਹੁੰਦੀ ਆ ਦੋ ਕੁ ਦਿਨ ਰਹੀ। ਮੈਨੂੰ ਕਹਿੰਦੇ ਪੁੱਤਰ ਇੱਧਰ ਆ, ਮੈਂ ਕਿਹਾ ਕੀ? ਕਹਿੰਦੇ ਜਾ ਆਪਣੇ ਬਾਪੂ ਜੀ ਦੇ ਨਾਲ ਗੁਰਦੁਆਰੇ। ਮੈਂ ਕਿਹਾ ਉਹ ਕਿਉਂ? ਕਹਿੰਦੇ ਵੇਖ ਕੇ ਜਾਈ ਵੀ ਇਕੱਲਾ ਜਾਂਦਾ ਕਿ ਉਹ ਨਾਲ ਹੀ ਜਾਂਦੀ ਹੈ। ਮਤਲਬ ਉਹ ਕਹਿੰਦੇ ਇੱਕ ਮੁੰਡਾ ਇੱਕ ਕੁੜੀ ਪਿੱਛੇ ਤੁਰੀ ਜਾਵੇ, ਇੱਕ ਮੁੰਡਾ ਇੱਕ ਕੁੜੀ ਪਿੱਛੇ ਤੁਰੀ ਜਾਵੇ, ਕੁੜੀ ਮੁੜੇ ਜਿੱਧਰ ਮੁੰਡਾ ਮੁੜੇ ਉੱਧਰ, ਜਿੱਧਰ ਕੁੜੀ ਖਲੋਵੇ ਮੁੰਡਾ ਵੀ ਖਲੋ ਜਾਵੇ। ਕੁੜੀ ਕਹਿੰਦੀ ਤੇਰੀ ਮੌਤ ਅੱਜ ਤੈਨੂੰ ਬੁਲਾ ਰਹੀ ਹੈ, ਸ਼ਰਮ ਨਹੀਂ ਹੁੰਦਾ ਪਿੱਛੇ ਕਰਦਿਆਂ? ਮੇਰੀ ਬੇਬੇ ਪਿੱਛੇ ਪਿੱਛੇ ਆ ਰਹੀ ਹੈ। ਮੁੰਡਾ ਕਹਿੰਦਾ ਫਿਕਰ ਨਾ ਕਰ, ਅਸੀਂ ਆਸ਼ਿਕਾਂ ਖਾਨਦਾਨੀ ਅਤੇ ਸੱਭੇ ਸਾਥੀ ਆ ਜੋ ਫਰਜ਼ ਨਿਭਾ ਰਹੇ ਨੇ। ਪਿੱਛੇ ਮੁੜ ਕੇ ਵੇਖ, ਤੇਰੀ ਬੇਬੇ ਪਿੱਛੇ ਸਾਡੇ ਬਾਪੂ ਹੋਰੀ ਵੀ ਆ ਰਹੇ ਨੇ। ਉਹ ਕਹਿੰਦਾ ਗੱਲ ਇੱਦਾਂ ਅਸੀਂ ਚੱਕ ਕੇ ਰੱਖੀ ਦੀ ਹੈ। ਜ਼ੋਰਦਾਰ ਤਾੜੀਆਂ ਦੇ ਨਾਲ ਨੈਕਸਟ ਪਰਫੋਰਮੈਂਸ ਦੇ ਲਈ OSP ਵਿਰਸੇ ਦੇ ਵਾਰਸ। ਦੇਖੋ ਇਹਨਾਂ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਹੈ, ਔਰ ਜਿਹੜੀ ਇਨਕਰੇਜਮੈਂਟ ਹੈ ਨਾ ਉਹ ਬੜੀ ਜ਼ਰੂਰੀ ਹੈ। ਸੋ ਭੰਗੜਾ ਨੈਕਸਟ ਭੰਗੜਾ ਪਰਫੋਰਮੈਂਸ ਦੇ ਲਈ OSP ਗਰੁੱਪ ਵਿਰਸੇ ਦੇ ਵਾਰਸ, ਜ਼ੋਰਦਾਰ ਤਾੜੀਆਂ ਦੇ ਨਾਲ। ਕੈਨ ਯੂ ਪਲੀਜ਼ ਪੁੱਟ ਯੂਰ ਹੈਂਡ ਟੁਗੇਦਰ ਫੋਰ ਆਲ ਦ ਗਰਲਸ। ਅੱਛਾ ਬੁਆਇਜ਼ ਨੇ, ਪਹਿਲਾਂ ਗੱਲ ਦੱਸੀ ਸੀ ਨਾ। ਅੱਛਾ ਅੱਧੇ ਮੁੰਡੇ ਨੇ ਅੱਧੇ ਕੁੜੀਆਂ ਨੇ। ਜ਼ੋਰਦਾਰ ਤਾੜੀਆਂ ਇਹਨਾਂ ਬੱਚਿਆਂ ਦੇ। Caught up in the moment, right? With Sahoda. Due to some violent content, parental discretion is advised. Pick it up, pick it up, pick it up, back.
Fresno, make some noise for Vinicius de Juarez. एक और जोरदार तालियां मारो ना, तुसीं बैठना नहीं करो, लड़के हैं ये जी, ये नहीं हो जड़िया घर वाले दी मासा गल नहीं मानदियां, ना घर वाले दी मानदियां ने ना बाहर वाले दी बिजी मानदियां, बंदा करे ते करे की, फिर कहते भी सास मेरी बड़ी कपटी है, ओ तो बेचारी, ओ बेचारी ने डर दे चुप है, नहीं बैठना तो ना वो ओ इस करके कह रही है पिछलियां कहंदियां सानू देखदा नहीं, उन्हां नू स्टूल दे दिए, फिर मैं कहना उन्हें स्टूल दे दिए तुहाडे मोढ़ियां तों भी देख लैन, ओ कैमरे वाले भाजी ओ एक शेर सुनिया तुसी, आ पहले सन्ना ब्याह नहीं होया भाजी, तुहाडा ब्याह होया, ब्याह करा के आए सी इत्थे, मैं ब्याह करा के पक्के हुए कि उदा ही हो, पुछना पैंदा अजकल कैनेडा चो, तुहानू पता ना किन्ना कम है कैनेडा तो, वो अजकल वो कहते भी अरे कैमरे वाले तू फोटो क्यों खींचता है, अरे वो कैमरे वाले शौक सीगा तन वैसे कह रही हूँ प्यार ना शेर है, मैनू याद आ गया तुहानू वेख के, की हाल है मोटो, की ना है तेरा, जसमीत कौर, हाय हाय वेख लो किड्डा दबका कुड़ी का, बोली आती कोई नचन वाले दी अड़ी ना रहंदी गोन, ताड़ियां मारो, नचन वाले दी अड़ी ना रहंदी गोन, वाले दा मुंह नी बोली मैं पामा, नच के दे विच तू नी बोल, वेरी गुड, थैंक यू गर्ल्स, थैंक यू सो मच, वो कहंदे वे अरे कैमरे वाले तू फोटो क्यों खींचता है, फोटो खींचता है तो खींचता है, ये एक आंख क्यों मीचता है, कहता फोटो इसलिए खींचता हूं कि शौक का मारा हूं, पाजी बॉडी तो नहीं आई तेरे, फोटो इसलिए खींचता हूं कि शौक का मारा हूं, और आंख इसलिए मीचता हूं कि तियां दे मेले में आया हूं और अभी तक कुवारा हूं, सो इस करके कहते भी रंगा रंग दे चाड़ दे रंग पढ़ के तो तू तकदीर ली पैदा तदबीर कर दे, एक एक बोल बन जाए अखान तेरा ते अपने आप नू जगत दा पीर कर दे, पी जे लहू विच शेर ते फिर निकले ते सुनन वालियां ली तिखा तीर कर दे, एक एक मुंडा पंजाब दा होवे रांझा ते एक कुड़ी पंजाब दी हीर कर दे, अजकल तुझे सारिया ही हीरा बन के आई हुई हो, इन्ने खूबसूरत लग रही थी अज, क्या बात लग रहे हो तुसी, मैं क्या डॉक्टर साहब तुम पछाने नहीं जा रहे हैं, मैं तो अनु कह रही सा, मैं कहा तुसी ते मेरे ना मैचिंग करके सूट पाया अज, अच्छा तुसी वेख्या भी मैं ना जिन्ना क्रेज सूटा दा अमरीका कनेडा वेख्या ना पंजाब च नहीं जे आया, मतलब इतने तुसी देखो ना जनानी रोटी बनाती भी नाल इंस्टाग्राम पर देखती है, किसी के घर चल जाएगा ना किसी के घर अगला चाह आवाज पूछता है, मैंने सूट बहुत अच्छे होंगे ने कि किन्ना कुल सवाल, वैसे मैं तुम्हें फॉलो कर दी हाँ कि बुटीक है, मतलब एक एक जनानी ना 15-15 बुटीकां रखी हुई ने, फिर भी उन्होंने लगता ना वो जो दूजी ने पाया से ना वह ही सोहना से, पर गल ये ना कि वो जड़ा बंदा सोहना हो, मेरी माँ कहती होंगी भी वह भावें 100 रुपये का भी सूट पा ले उन्होंने सोहना ही लगता है, इस करके जो बंदा ना अपने ते माण हो ना तो वह फिर बाकी दुनिया नालों सोहना होंगे, सो अपने आप ते माण करना बहुत जरूरी है, क्योंकि अजकल जड़ा समा इस तरह का धरती ते चल रहा है, कहते भी बई महानी जहान ते जोर पागी ते यार यारा नाल बीजी तुसी बैठो तुहानू बैठन नू जगह ही नहीं दिंदी अपनी, बिठाओ यार कुर्सी रब दा वास्ता, बेईमानी जहान ते जोर पा
ਆ ਜਾਂਦੇ ਪਹਿਲੇ ਮਿੱਠੀਆਂ ਮਿੱਠੀਆਂ ਕਰਨ ਗੁੱਲਾਂ ਤੇ ਪਿੱਛੋਂ ਗੁਜੀਆਂ ਨੁਸਰਤਾਂ ਲਾ ਜਾਂਦੇ ਪਹਿਲਾਂ ਪੱਗ ਵਟਾਉਂਦੇ ਨੇ ਬੈਠ ਕੋਲੇ ਤੇ ਵਿਪਤਾ ਪਵੇ ਤੇ ਕੰਢ ਵਖਾ ਜਾਂਦੇ ਬੁੱਲੇ ਸ਼ਾਹ ਜੇ ਰੱਬ ਨਾ ਰਹੇ ਲੋਕੇ ਤੇ ਅੱਜ ਕੱਲ੍ਹ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਜ਼ਮਾਨਾ ਇਸ ਤਰ੍ਹਾਂ ਦਾ ਸੋ ਆਮ ਵੈਰੀ ਥੈਂਕਫੁਲ ਟੂ ਆਲ ਦਾ ਪਲੈਟੀਨਮ ਸਪੋਂਸਰਸ ਕਰਨਦੀਪ ਸਿੰਘ ਪਰਮਦੀਪ ਸਿੰਘ SBI ਵਨ ਹੋਟਲਸ ਸਕਾਈਲਾਈਨ ਲੋਜਿਸਟਿਕਸ AM ਲਿਕਰਸ ਤੰਦੂਰੀ ਪੀਜ਼ਾ ਕਲੋਵਿਸ ਔਰ ਲੈਵਿਸ਼ ਈਵੈਂਟਸ ਤੁਹਾਨੂੰ ਸੋਨੀਆ ਜੀ ਦਾ ਸੋਨੀਆ ਜੀ ਵੇਖੋ ਅੱਜ ਸੋਨੀਆ ਜੀ ਆਓ ਜਰਾ ਇਹ ਜ਼ਰਾ ਬੀਟ ਲਗਾ ਨਾ ਸੋਨੀਆ ਜੀ ਤਾਂ ਉਹ ਲੱਗਦੇ ਵੀ ਅੱਜ ਵੀ ਬੰਦਾ ਤੀਆਂ ਘੱਟ ਵੇਖਣਾ ਹੈ ਸੋਨੀਆ ਜੀ ਨੂੰ ਵੇਖਣ ਜ਼ਿਆਦਾ ਆਇਆ ਲੱਗਦਾ ਸੋਨੀਆ ਬੜਾ ਲੱਖ ਲੱਖ ਦੱਸਿਓ ਅੱਛਾ ਇਹਨੂੰ ਇਹਨੂੰ ਸਟੇਜ ਨਹੀਂ ਪਸੰਦ ਆ ਰਿਹਾ ਮਿਣ ਮਿਣ ਕੇ ਵੇਖ ਰਿਹਾ ਵੀ ਕਿੱਧਰ ਨੂੰ ਜਾਣਾ ਜ਼ੋਰਦਾਰ ਤਾੜੀਆਂ ਦੇ ਨਾਲ ਨੀਤ ਸੰਧੂ ਨੀਤ ਸੰਧੂ ਗੱਭਰੂ ਦੀ ਉਂਗਲ ਤੇ ਸ਼ਹਿਰ ਹੈ ਲਦਾ ਨੀ ਸੁਣਿਆ ਤੂੰ ਗਿੱਧੇ ਚ ਹਲਾਵੇਂ ਧਰਤੀ ਪਿੱਕੀਆ ਜੱਟ ਵੈਪਨ ਦੇ ਬੋਰ ਦਾ ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜੀ ਹੋਯੂ ਨੀ ਬਹੁਤਾ ਬੋਲਦੇ ਆ ਸੰਗ ਮਾਰਦੀ ਆਉਂਦੀ ਨਾਗ ਦੀ ਬੱਚੀਆ ਬਾਡਰ ਤੋਂ ਪਾਰਦੀ ਫਿਰ ਲੀਡਰ ਆਇਆ ਗੂਨੀ ਗੱਲ ਡਿੱਗਣ ਦਿੰਦੇ ਜਦੋਂ ਭੱਜੀ ਫਿਰੇ ਰਗਾਂ ਵਿੱਚ ਡੰਗ ਮਾਰਦੀ ਉਹ ਮੁੰਡੇ ਦਰਮਿਆਨੇ ਦੇ ਘਰਾਂ ਦੇ ਚਰਚੇ ਆਈ ਕੈਂਡੀ ਜੋ ਚੰਡੀਗੜ੍ਹ ਦੀ ਗੱਭਰੂ ਦੀ ਉਂਗਲ ਤੇ ਸ਼ਹਿਰ ਹੈ ਲਦਾਨੀ ਸੁਣਿਆ ਤੂੰ ਗਿੱਧੇ ਚ ਹਲਾਵੇਂ ਧਰਤੀ ਪਿੱਕੀਆ ਜੱਟ ਵੈਪਨ ਤੇ ਬੋਰਦਾ ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜੀ ਉਹ ਲਾਲਾ ਲਾਲਾ ਹੋ ਜੇ ਪੱਬ ਜਿੱਥੇ ਬੜੇ ਮਸਲਾ ਗਰਹਰੀ ਜੱਟੀਏ ਉੱਥੇ ਘੁੰਮੇ ਜਿੱਥੇ ਸਾਡੀ ਅੜਦੀ ਗੱਭਰੂ ਦੀ ਉਂਗਲ ਤੇ ਸ਼ਹਿਰ ਹੈ ਲਦਾਨੀ ਸੁਣਿਆ ਤੂੰ ਗਿੱਧੇ ਚ ਹਲਾਵੇਂ ਧਰਤੀ ਟਿੱਕੀਆ ਜੱਟ ਵੈਪਨ ਕੋਈ ਦਰਜੀ ਚਿਰਾਂ ਤੋਂ ਮੁੰਡਾ ਸੰਗਿਆ ਦਾ ਆਉਂਦਾ ਟਾਲਦਾ ਪ੍ਰੋਗਰਾਮ ਬਣੂ ਐ ਤਕੀ ਸਿਆਲ ਦਾ ਹਾਏ ਵੱਟ ਲਾ ਤਿਆਰੀ ਤੂੰ ਵੀ ਮੱਝ ਵਾਲੀਏ ਨੀ ਟਿੱਪਿਆਂ ਦੇ ਵਿੱਚ ਤੈਨੂੰ ਡੀਕੇ ਮਹਾਨਵਾ ਪੱਟੀ ਤੋਂ ਪੱਟੇ ਜਦੋਂ ਤਾਈ ਧਰਦੀ ਉਹ ਗੱਭਰੂ ਦੀ ਉਂਗਲ ਤੇ ਸ਼ਹਿਰ ਹੈ ਲਦਾਨੀ ਸੁਣਿਆ ਤੂੰ ਗਿੱਧੇ ਚ ਹਲਾਵੇਂ ਧਰਤੀ ਪਿੱਕੀਆ ਜੱਟ ਵੈਪਨ ਤੇ ਬੋਰਦਾ ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜੀ Ladies make some noise for Neet Sandhu ਵਧੀਆ ਡਾਂਸ ਕੀਤਾ ਸੀ
अच्छा नीत सूट किने बना के दिता? माम ने। माम कित्थे? ओ अच्छा शाबाश भी मामा दे नाते ताड़ी, क्योंकि वेखो बच्चों नू इत्थे आपां पंजाबी कहिंदे बोली अपनी ते कंग माण होना चाहिए, बोली अपनी ते कंग माण होना चाहिए, बोले जदों बंदा ते फिर पछाण होना चाहिए। उस जुबान जिसने सानू पूरी दुनिया च सरदारी बख्शी है, जिस जुबान ने सानू पूरी दुनिया दे विच पहचान दिती है, उस जुबान के नाम से एक बारी ताड़ी मारो। और इन्हां बच्चों ने जिन्होंने अगों इस जुबान नू सांभ के रखना है इन्हां देशों ने, थैंक यू सो मच। क्योंकि अजकल कहिंदे भी जमाने के नाल नाल बंदे नू चलना भी चाहिए, थोड़ा बहुत चलो इधर उधर हो जाए कोई गल नहीं, पर समय के नाल ना बड़िया सारिया चीज़ा बदल गई ने। लोगों प्यार मुहब्बत बदल गया है, लोगों के भाईचारा बदल गया है। पहले लोग जड़े से ना लोगों को इदा लगता से भी दिलों चीज़ा, हूँ लोगों को की लगता है? मैं क्या क्या मैं क्या पहले लोगों के ना दिल वड्डे होंदे सी ते घर छोटे होंदे सी, हुण की हो गया कि लोगों के घर बहुत वड्डे हो गए ने ते दिल बड़े छोटे हो गए ने। हुण ओह मतलब उन्होंने लगता कि ये विखा दिए किसी नूं भी साडा घर कितना वड्डा है। मैं क्या जदों बंदा इस धरती तो जांदा है ना ते आ जिहड़े साह चलदे ने ना, बंदा जदों उहदे साह नहीं चलदे बंदा उठ के कहिंदा काका उठ बाहर रेंज रोवर खड़ी है, तो बंदा उठदा नहीं है। बंदा कहिंदा मैं बाहर जनानी बड़ी सोहनी खड़ी है, तू कहिंदा इहदे नाल विआह कराना है, तो बंदा उठदा नहीं है। ये चीज़ा उदों तक चंगीआं लगदीआं ने जदों तक तुसीं जिउंदे रहिंदे हो। पर पंजाबीआं दी एक चीज़ खासियत है, मैनूं अज लगदा है कि साडी कौम नूं अगर सब तो वड्डा काम करन वाला ना तो ये काम करना चाहिए, अपने बच्चों नूं वड्डा आदमी अमीर आदमी बनाउणा ना सिखाओ, ये सिखाओ कि जिहड़ा साडा आपसी खलूस सी किसी की मौके पर मदद करना, पैसे ना भी तुसीं तां ही मदद कर सकते हो ना जे तुहाडे कोल पैसा हैगा, ते जे है ही नहीं किसी कोल ते उहनूं मंगना भी की है। पर अजकल दिल जिहड़ा ना फराक दिली वो बड़ी घटती जा रही है, इसे करके बच्चे माँ प्यो की कदर नहीं कर रहे। उहदे लई तुहानूं एक पिरत जिहड़ी है ना वो पातर साहब का बड़ा अच्छा शेर है कि मैं रावां ते नहीं तुरदा, मैं तुरदा हाँ ते राह आंदे ने। वो राह तुसीं खुद बनाउणे ने, अगर तुसीं खुद बनाओगे ना ते अज बच्चे ये नहीं कहणगे कि असीं डिप्रैशन च जा रहे हैं। अच्छा कदी भी जी तुसीं सुनिया सी तुहाडे टाइम च किसी नूं डिप्रैशन होया सी? अजकल तो माड़ा जिहा दो मिनट कह दो ना कहिंदे बूआ नहीं बोलदे, कहिंदे मैनूं डिप्रैशन बड़ा हो गया, मैनूं समझ नहीं आउंदी खांदियां पींदियां नूं कदा डिप्रैशन हो जांदा। जदों लोगों के घर च रोटी नहीं सी हुंदी, लोगों के घर च गड्डियां नहीं सी, वो दिल्ली बॉम्बे तक बसा च जांदे सी, उन्हां नूं कोई डिप्रैशन नहीं सी। मैनूं लगदा कि बंदे को ज़्यादा चीज़ां भी हो जांदा तो वह वेला बह के सोचता रहिंदा भी मैं परेशान किदा होणा, परेशान हुंदा रहिंदा बैठा आया नहीं नजायज़ ही है ना। किसी ने बड़ा अच्छा कहा ना भी कहिंदा भी खुदा की गल चलती है जदों महबूब रुसता है, जदों बाहां च होवे यार फिर खुदा नूं कौन पुछदा है। सो इस करके जिंदगी च मुहब्बत वाले दोस्ती वाले रिश्ते रखने बड़े जरूरी ने। जिन्हां बंदियां दे कोल दोस्त हुंदे ने ना वो मैं कदी उदास नहीं देखे, उन्हां नूं कदी कल्लापन नहीं हुंदा, उन्हां नूं जिंदगी दे विच किसी चीज़ का दुख नहीं हुंदा। सो जिंदगी साथ जिहड़ा ना वो बहुत जरूरी होना चाहिए। सो इस तो बाद अच्छा मैनूं दसो भी सब तो सोहना सूट किन्ने पाया वो दसो। मैं कहनी हाँ मैं ही जम्मी हाँ, होर कोई जम्मिया ही नहीं, तो हिसाब हो गया भी मैं ही जम्मी हाँ बाकी तो सारे जम्मे ही नहीं। किन्ने अच्छा किन्नू लगता कि अच्छा सूट सब तो सोहना है? आए हाए तेनों मैं बाद चाह पी कत्ती जी ने पाया सूट फिर मैंने गिफ्ट दे दौ जड़िया मुंदरिया शुंदरिया तुम सोने दियाँ चक्की फिरते हो, मैं क्या मैं ही पवा लव। एक छला एक मुंदरी दोवें रब ने आप बनावे, प्यार का बजद मुढ़ जदों आपे जान वटावे, वो हिसाब है अज के समय के। पर हूँ जोड़ा परफॉर्मेंसिस चल रही ने इस तो बाद अजे बड़ा कुछ इब्तदा इश्क है रोता है क्या आगे आगे देखिए जनाब होता है क्या जोरदार ताड़ियां दे नाल फ्रिस्को गोज।
on a journey. Thank you.
Pino, make some noise for Love Roop, Chanpreet and Preeti. ਸੋਹਣੀਆਂ ਬੜੀਆਂ ਲੱਗਦੀਆਂ ਵੀ ਉਹਦੀ ਬਿੰਦੀਆਂ ਕਿਹੜੀ ਲਾਈਆਂ ਮੈਂ ਤੇ ਆਪ ਤੁਹਾਡੇ ਵੱਲੋਂ ਲਾ ਵੇਖ ਕੇ ਲਾ ਕੇ ਥੈਂਕ ਯੂ ਸੋ ਮਚ ਪਲੀਜ਼ ਜ਼ੋਰਦਾਰ ਤਾੜੀਆਂ ਇਹਨਾਂ ਦੇ ਨਾਲ ਦੇਖੋ ਇਹਨਾਂ ਬੱਚੀਆਂ ਨੇ ਜਿਨ੍ਹਾਂ ਨੇ ਆਪਣੇ ਕਲਚਰ ਨੂੰ ਸੰਭਾਲ ਕੇ ਰੱਖਣਾ ਇਹਨਾਂ ਨੂੰ ਇਨਕਰੇਜਮੈਂਟ ਹੋਣੀ ਬਹੁਤ ਜ਼ਰੂਰੀ ਹੈ ਵੈਸੇ ਤਾਂ ਅੱਜ ਕੱਲ੍ਹ ਮਤਲਬ ਸਮੇਂ ਦੇ ਨਾਲ ਨਾਲ ਚੱਲਦੇ ਹਾਂ ਕਹਿੰਦੇ ਕਿ ਉਹ ਬੜਾ ਜ਼ਹੀਨ ਹੈ ਸਮੇਂ ਕੇ ਸਾਥ मिजाज बदलता है लोगों की नहीं सुनता अपने लिए एक राह चुनता है सो आजकल समय के नाल बंदा हर तरह के रंग बदलता है वैसे तो वह बड़ा वधिया किसी ने कहा कहिंदे दिला तू बड़ा चंगा है दिला तू बड़ा चंगा है भी जी पहले मैंने ये दसो भी भला दिल चंगा होने नाल बंदा अजकल रह सकता है इस धरती से रह सकता सच्ची दस और मिलो नादिया ने कहता भी बिल्कुल नहीं आ गल झूठी है ਕਹਿੰਦੇ ਦਿਲਾ ਤੂੰ ਬੜਾ ਹੀ ਚੰਗਾ ਹੈ ਪਰ ਫਿਰ ਵੀ ਲੋਕ ਖੜਕਾ ਕੇ ਵੇਖਦੇ ਨੇ ਕਹਿੰਦੇ ਸਿੱਕੇ ਤੇ ਸ਼ਾਹੀ ਮੋਹਰ ਬੇਸ਼ੱਕ ਹੋਵੇ ਪਰ ਫਿਰ ਵੀ ਲੋਕ ਤਣਕਾ ਕੇ ਵੇਖਦੇ ਨੇ ਕਹਿੰਦੇ ਤੂੰ ਜਿਹੜਾ ਸੁਰਮਾ ਸ਼ਿੰਗਾਰ ਬਣੇ ਅੱਖੀਆਂ ਦਾ ਜਿਹੜਾ ਸੁਰਮਾ ਸ਼ਿੰਗਾਰ ਬਣੇ ਅੱਖੀਆਂ ਦਾ ਲੋਕ ਖਰਲਾ ਚ ਰਗੜਾ ਕੇ ਵੇਖਦੇ ਨੇ ਤੂੰ ਰੋਨਾ ਇੱਥੇ ਸਕਿਆ ਭਰਾਵਾਂ ਨੂੰ ਇਹ ਤੂੰ ਰੋਨਾ ਇੱਥੇ ਜਿਗਰੀ ਯਾਰਾਂ ਨੂੰ ਅੱਜ ਕੱਲ੍ਹ ਤੇ ਲੋਕ ਸਕਿਆ ਭਰਾਵਾਂ ਨੂੰ ਵੀ ਪੁੱਠਾ ਲਟਕਾ ਕੇ ਵੇਖਦੇ ਨੇ ਜ਼ਮਾਨਾ ਇਸ ਤਰ੍ਹਾਂ ਦਾ ਹੈ ਸੋ ਇਸ ਤੋਂ ਬਾਅਦ ਕਿਉਂਕਿ ਟਾਈਮ ਜਿਹੜਾ ਨਾ ਇੱਥੋਂ ਦਾ ਬੜਾ ਲਿਮਿਟਡ ਹੈ ਸਾਨੂੰ ਤਾਂ ਆਦਤ ਪਈ ਹੋਈ ਹੈ ਵੀ ਸਾਨੂੰ ਖੁੱਲ੍ਹਾ ਟਾਈਮ 2-4 ਘੰਟੇ ਤਾਂ ਮੈਂ ਹੀ ਲਾਉਂਦੀ ਹਾਂ ਮੈਨੂੰ ਓਨੀ ਦੇਰ ਤੱਕ ਮਜ਼ਾ ਹੀ ਨਹੀਂ ਆਉਂਦਾ ਸੋ ਜੇ ਤੁਹਾਡੇ ਸੂਟ ਸਾਟ ਵੀ ਵੇਖਣੇ ਉਹ ਪਿੱਛੇ ਜਿਨ੍ਹਾਂ ਦੇ ਸੂਟ ਨੇ ਉਹ ਵਿਚਾਰੀਆਂ ਨੂੰ ਮੈਂ ਦੇਖ ਰਹੀ ਹਾਂ ਕਿ ਨਹੀਂ ਤੁਹਾਨੂੰ ਹੈਲੋ ਬੈਕ ਬੈਂਚਰਸ ਤੁਹਾਡੀ ਕੋਈ ਆਵਾਜ਼ ਹੀ ਨਹੀਂ ਆਉਂਦੀ ਵੀ ਆ ਹੁਣ ਪਤਾ ਲੱਗਾ ਲਾਲ ਲੂਲ ਸੂਟ ਪੀਲੇ ਪਾਏ ਹੋਏ ਨੇ ਨਹੀਂ ਤਾਂ ਉਹਨਾਂ ਵਿਚਾਰੀਆਂ ਦਾ ਤੁਸੀਂ ਬੈਠੀਆਂ ਨਹੀਂ ਉਹ ਮੈਨੂੰ ਦਿਖੀਆਂ ਹੀ ਨਹੀਂ ਤੁਸੀਂ ਇੱਧਰ ਉਹਦੀ ਆ ਕੇ ਕਿਵੇਂ ਮੈਂ ਤੁਹਾਨੂੰ ਵੇਖ ਲਵਾਂ ਇੱਧਰ ਉੱਧਰ ਆ ਜਾਓ ਖਿੰਡ ਜਾਓ ਸੋ ਇਸ ਤੋਂ ਬਾਅਦ ਮੈਂ ਮੰਚ 'ਤੇ ਸੱਦਾ ਦੇ ਰਹੀ ਹਾਂ ਪੰਜਾਬੀ ਮੁਟਿਆਰਾਂ ਨੂੰ ਵੈਸੇ ਤੁਸੀਂ ਸਾਰੀਆਂ ਹੀ ਅੱਜ ਮੁਟਿਆਰਾਂ ਹੋਈਆਂ ਪਈਆਂ ਹੋ ਪਰ ਪੰਜਾਬੀ ਮੁਟਿਆਰਾਂ ਦੇ ਨਾਲ ਜ਼ਰਾ ਮੁਟਿਆਰ ਬਣਨ ਦਾ ਹੋਰ ਹੀ ਰੰਗ ਹੈ ਪਲੀਜ਼ ਬੁੜੀਆ ਆਰ ਟੁਗੈਦਰ ਫੋਰ ਪੰਜਾਬੀ ਮੁਟਿਆਰਾਂ ਹੱਸਦੀਆਂ ਵੀ ਹੁੰਦੀਆਂ ਨੇ ਕੁੜੀਆਂ
आशिक ते ऐयो कहंदे फिरदे ने निक्की Fresno, make some noise for Punjabi Mutiara. अच्छा पिछले वाले कहते भी सानू कुछ नहीं दिखता पाया तो ना सानू सुनता पाया वेख लो मैं क्यों मेरी मनते ही नहीं है मैं कीदा कीदा माण रख ला।